सिटी सिटीजन अर्बन कोऑपरेटिव बैंक के चेयरमैन श्री के शर्मा पिछले दिनी संखेप जी बीमारी तो बाद समूह शर्मा परिवार अते समाज नूं सदीवी विछोड़ा दे गए सन। उन्हां दी आत्मिक शांति लई रखे गए श्री गरुड़ पुराण जी दे पाठ दे भोग उन्हां दे ग्रह 81 रविंदर नगर मिठापुर रोड जलंधर विखे पाए गए। जेकर गल करिए श्री केवल कृष्ण जी की जिंदगी बारे ता उन्हां दा जन्म सन 1935 विच हुशियारपुर विखे होया। आप जी ने बीए बीएड करन तों बाद कोऑपरेशन दी उचेरी पढ़ाई दा डिप्लोमा हुशियारपुर तों कीता। आप जी ने बीएड दे बेस ते 4 साल दे करीब स्कूल विच बतौर मास्टर नौकरी की थी। पर 1961 विच आप जी ने सहकारी सभावां पंजाब सरकार विच इंस्पेक्टर वजों नौकरी शुरू कर दी। करीब 34 साल दी सेवा निभाउण तों बाद आप जी 1994 विच सहकारी सभावां जलंधर डिवीजन जलंधर विचों ज्वाइंट रजिस्ट्रार दे अहुदे तों सेवा मुक्त होए। ਸਹਿਕਾਰੀ ਖੇਤਰ ਵਿੱਚ ਉਹਨਾਂ ਦੀਆਂ ਕਾਮਯਾਬੀ ਦੀਆਂ ਵੱਡੀਆਂ ਪ੍ਰਾਪਤੀਆਂ ਨੂੰ ਦੇਖਦਿਆਂ 1999 ਵਿੱਚ ਆਪ ਜੀ ਨੂੰ ਦ ਸਿਟੀਜ਼ਨ ਅਰਬਨ ਕੋਆਪਰੇਟਿਵ ਬੈਂਕ ਦਾ ਚੇਅਰਮੈਨ ਚੁਣਿਆ ਗਿਆ। ਆਪ ਜੀ ਦੀ ਅਣਥੱਕ ਮਿਹਨਤ ਸਦਕਾ ਬੈਂਕ ਨੇ ਹਰ ਖੇਤਰ ਵਿੱਚ ਵੱਡੀਆਂ ਪ੍ਰਾਪਤੀਆਂ ਕੀਤੀਆਂ। ਇਸ ਕਰਕੇ ਹੀ ਆਖਰੀ ਸਮੇਂ ਤੱਕ ਆਪ ਜੀ ਇਸ ਅਹੁਦੇ ਤੇ ਬਿਰਾਜਮਾਨ ਰਹੇ। ਇਸ ਦੇ ਨਾਲ ਨਾਲ ਸ਼੍ਰੀ ਕੇ ਸ਼ਰਮਾ ਨੇ ਸ਼ਿਵਰਾਮ ਲਾਜਵੰਤੀ ਮਨਚੰਦਾ ਅਤੇ ਸਵਰਨ ਪਸੀਨ ਮੈਮੋਰੀਅਲ ਆਰੀਆ ਸਮਾਜ ਚੈਰੀਟੇਬਲ ਹਸਪਤਾਲ ਜਲੰਧਰ ਦੇ ਚੇਅਰਮੈਨ ਦੇ ਅਹੁਦੇ ਤੇ ਵੀ ਆਪਣੀਆਂ ਸੇਵਾਵਾਂ ਨਿਭਾਈਆਂ। ਇਸ ਤੋਂ ਇਲਾਵਾ ਆਪ ਜੀ ਨੈਸ਼ਨਲ ਫੈਡਰੇਸ਼ਨ ਆਫ ਅਰਬਨ ਕੋਆਪਰੇਟਿਵ ਬੈਂਕਸ ਐਂਡ ਕ੍ਰੈਡਿਟ ਸੁਸਾਇਟੀਜ਼ ਲਿਮਿਟਡ ਨਵੀਂ ਦਿੱਲੀ ਦੇ ਡਾਇਰੈਕਟਰ ਅਤੇ ਉਪ ਪ੍ਰਧਾਨ ਵੀ ਸਨ। ਸਹਿਕਾਰੀ ਖੇਤਰ ਵਿੱਚ ਆਪ ਜੀ ਦੀਆਂ ਵੱਡੀਆਂ ਪ੍ਰਾਪਤੀਆਂ ਕਾਰਨ ਆਪ ਜੀ ਨੂੰ ਯੂਰਪੀ ਏਸ਼ੀਅਨ ਅਮਰੀਕਾ ਕੈਨੇਡਾ ਅਤੇ ਹੋਰ ਦੇਸ਼ਾਂ ਵਿੱਚ ਸਹਿਕਾਰੀ ਬੈਂਕਾਂ ਸੰਬੰਧੀ ਹੋਣ ਵਾਲੇ ਸੈਮੀਨਾਰਾਂ ਅਤੇ ਹੋਰ ਸਮਾਗਮਾਂ ਵਿੱਚ ਹਿੱਸਾ ਲੈਣ ਦਾ ਮੌਕਾ ਮਿਲਿਆ। ਜਿਹਨੂੰ ਆਪ ਜੀ ਦੀਆਂ ਸੇਵਾਵਾਂ ਬਦਲੇ ਦੇਸ਼ ਵਿਦੇਸ਼ ਦੀਆਂ ਅਨੇਕਾਂ ਸੰਸਥਾਵਾਂ ਵੱਲੋਂ ਸਨਮਾਨ ਪੱਤਰ ਵੀ ਮਿਲੇ। ਸਨ 2012 ਵਿੱਚ ਕਰਨਾਟਕਾ ਸਟੇਟ ਫੈਡਰੇਸ਼ਨ ਆਫ ਅਰਬਨ ਕੋਆਪਰੇਟਿਵ ਬੈਂਕਸ ਅਤੇ ਕੋਆਪਰੇਟਿਵ ਯੂਨੀਅਨ ਆਫ ਕਰਨਾਟਕਾ ਵੱਲੋਂ ਆਪ ਜੀ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਇਸ ਦੇ ਨਾਲ ਹੀ ਸਨ 2013-14 ਵਿੱਚ ਪੰਜਾਬ ਦਾ ਸਹਿਕਾਰੀ ਮੁਹਾਂਦਰਾ ਬਦਲਣ ਨੂੰ ਲੈ ਕੇ ਆਪ ਜੀ ਨੂੰ ਸਹਿਕਾਰਤਾ ਬੰਧੂ ਅਵਾਰਡ ਨਾਲ ਵੀ ਸਨਮਾਨਿਤ ਕੀਤਾ ਗਿਆ, ਜਿਸ ਵਿੱਚ ਆਪ ਜੀ ਨੂੰ 5 ਲੱਖ ਰੁਪਏ ਦਾ ਨਕਦ ਇਨਾਮ ਅਤੇ ਇੱਕ ਚਾਂਦੀ ਦਾ ਮੈਮੈਂਟੋ ਪ੍ਰਦਾਨ ਕੀਤਾ ਗਿਆ। ਵਿਸ਼ਵਾਸ ਕਮਜ਼ੋਰ ਹੋਣਾ
ਸੱਚ ਨੇ ਆਪਣੇ ਬੱਚਿਆਂ ਨੂੰ ਵੀ ਆਪਣੇ ਹੀ ਅਪਣਾਏ ਮਾਰਗ ਤੇ ਚੱਲਦਿਆਂ ਪੂਰੀ ਇਮਾਨਦਾਰੀ ਨਾਲ ਜ਼ਿੰਦਗੀ ਜਿਉਣ ਦੀ ਸਿੱਖਿਆ ਦਿੱਤੀ। ਅੱਜ ਆਪ ਜੀ ਦਾ ਸਮੁੱਚਾ ਪਰਿਵਾਰ ਆਪ ਜੀ ਦੇ ਦਰਸਾਏ ਮਾਰਗ ਤੇ ਚੱਲ ਕੇ ਸਵਰਗੀ ਸ਼੍ਰੀ ਕੇ ਸ਼ਰਮਾ ਜੀ ਦੇ ਨਾਮ ਨੂੰ ਉੱਚਾ ਚੁੱਕ ਰਿਹਾ ਹੈ। ਜਲੰਧਰ ਸ਼ਹਿਰ ਨਹੀਂ ਬਲਕਿ ਪੰਜਾਬ ਦਾ ਕੋਈ ਵੀ ਧਾਰਮਿਕ ਸਮਾਜਿਕ ਕੰਮ ਹੋਵੇ ਤਾਂ ਆਪ ਜੀ ਦੇ ਪਰਿਵਾਰ ਦਾ ਉਸ ਵਿੱਚ ਅਹਿਮ ਯੋਗਦਾਨ ਹੁੰਦਾ ਹੈ। ਸਵਰਗੀ ਸ਼੍ਰੀ ਕੇ ਸ਼ਰਮਾ ਜੀ ਦੀ ਰਸਮ ਕਿਰਿਆ ਮੌਕੇ ਸੀਐਮ ਪੰਜਾਬ ਦੇ ਚੀਫ ਪ੍ਰਿੰਸੀਪਲ ਸੈਕਟਰੀ ਸੁਰੇਸ਼ ਕੁਮਾਰ, ਲਵਲੀ ਗਰੁੱਪ ਦੇ ਚੇਅਰਮੈਨ ਰਮੇਸ਼ ਮਿੱਤਲ, ਉੱਘੇ ਸਮਾਜ ਸੇਵਕ ਸ਼ੀਤਲ ਵਿੱਚ, ਕੈਬਨਿਟ ਮੰਤਰੀ ਸ਼ਾਮ ਸੁੰਦਰ ਅਰੋੜਾ, ਪੌਂਡੀਚੇਰੀ ਦੇ ਸਾਬਕਾ ਉਪ ਰਾਜਪਾਲ ਡਾਕਟਰ ਇਕਬਾਲ ਸਿੰਘ, ਮੈਂਬਰ ਪਾਰਲੀਮੈਂਟ ਚੌਧਰੀ ਸੰਤੋਖ ਸਿੰਘ, ਵਿਧਾਇਕ ਰਜਿੰਦਰ ਬੇਦੀ, ਸਾਬਕਾ ਸੀਪੀਐਸ ਕੇਡੀ ਭੰਡਾਰੀ, ਡੀਸੀ ਘਨਸ਼ਾਮ ਥੋਰੀ, ਏਡੀਸੀ ਜਸਬੀਰ ਸਿੰਘ, ਲੋਕਪਾਲ ਪੰਜਾਬ ਵਿਨੋਦ ਸ਼ਰਮਾ, ਅਕਾਲੀ ਨੇਤਾ ਕੀਮਤੀ ਭਗਤ, ਬੀਜੇਪੀ ਨੇਤਾ ਮਹਿੰਦਰ ਭਗਤ, ਰਿਟਾਇਰ ਆਈਜੀ ਅਲੋਕ ਨਾਥ, ਡੀਸੀਪੀ ਜਗਮੋਹਨ ਸਿੰਘ, ਸੇਂਟ ਸੋਲਜਰ ਗਰੁੱਪ ਦੇ ਚੇਅਰਮੈਨ ਅਨਿਲ ਚੋਪੜਾ, ਆਤਮ ਪ੍ਰਕਾਸ਼ ਸਿੰਘ ਬਬਲੂ, ਸਦਰ ਅਜੀਤ ਸਿੰਘ ਸੇਠੀ, ਐਸਐਸਪੀ ਸੰਗਰੂਰ ਵਿਵੇਕ ਸੈਣੀ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਈ ਰਾਜਸੀ ਧਾਰਮਿਕ ਸਮਾਜਿਕ ਜਥੇਬੰਦੀਆਂ ਦੇ ਆਗੂਆਂ ਨੇ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ। ਰੱਖੀ ਚਰਨਾਂ ਦੇ ਕੋਲ ਮੇਰਾ ਵਾਲਿਆ ਸਾਈਆਂ, ਰੱਖੀ ਚਰਨਾਂ ਦੇ ਕੋਲ ਮੇਰਾ ਵਾਲਿਆ ਸਾਈਆਂ, ਰੱਖੀ ਚਰਨਾਂ ਦੇ ਕੋਲ ਮੇਰੀ ਫਰਿਆਦ ਤੇਰੇ ਦਰ ਉੱਤੇ ਹੋਰ ਸੁਣਾਵਾਂ ਕਿਨੂੰ, ਮੇਰੀ ਫਰਿਆਦ ਤੇਰੇ ਦਰ ਉੱਤੇ ਹੋਰ ਸੁਣਾਵਾਂ ਕਿਨੂੰ। ਅੰਤ ਵਿੱਚ ਡਾਕਟਰ ਕਰਨ ਸ਼ਰਮਾ, ਉਦਯੋਗਪਤੀ ਅਵਤਾਰ ਸਿੰਘ ਤਾਰੀ, ਜਤਿੰਦਰ ਕੌਸ਼ਲ ਜੈਸੀ ਅਤੇ ਸਮੂਹ ਸ਼ਰਮਾ ਪਰਿਵਾਰ ਵੱਲੋਂ ਆਈਆਂ ਸਮੁੱਚੀਆਂ ਸ਼ਖਸੀਅਤਾਂ ਦਾ ਤਹਿ ਦਿਲ ਤੋਂ ਧੰਨਵਾਦ ਕੀਤਾ ਗਿਆ। ਚਰਨਾਂ ਦੇ ਕੋਲ ਮੇਰਾ ਵਾਲਿਆ ਸਾਈਆਂ, ਰੱਖੀ ਚਰਨਾਂ ਦੇ ਕੋਲ ਰੱਖੀ ਚਰਨਾਂ ਦੇ ਕੋਲ ਮੇਰਾ ਵਾਲਿਆ ਸਾਈਆਂ, ਰੱਖੀ ਅਸੀਂ ਵੀ ਆਪਣੇ ਚੈਨਲ ਦੀ ਸਮੁੱਚੀ ਟੀਮ ਵੱਲੋਂ ਸਵਰਗੀ ਸ਼੍ਰੀ ਕੇ ਸ਼ਰਮਾ ਜੀ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦੇ ਹਾਂ। ਰੱਖੀ ਚਰਨਾਂ ਦੇ ਕੋਲ।